अज स्ट्रिंग न्यूज़ की टीम पहुंची है जी महमदपुर पिंड दे विच, जिथे महमदपुर के जेडे नगर वासी ने पिंड वासी ने उन्होंने इत्थे लंगर लगाया होया। उस सफ़र शहादत नूं याद करते हुए उस बच्चों उन्होंने मलूक जिंदा नूं याद करते हुए ये जिहड़ा उन्हां दी याद दे विच इन्होंने लंगर लगाया होया। लंगर दे विच राहगीर आउंदे जांदे लंगर छक के जांदे ने और इस लंगर का प्रबंध ये पिंड वासी कर रहे ने। ज़्यादा आउंदे जांदे रहिंदे ने जी, आउंदे जांदे हर एक खड़दा शाम नूं जी, रोक के खड़ के शाम नूं भी खा के जांदे रोटी जी प्रसादा पानी छक के जांदे ने। राह दा बहुत चलदा लंगर। ਤੁਹਾਡੀ ਦਿਨ ਰਾਤ ਇਹ ਸੇਵਾ ਚੱਲਦੀ ਹੈ, ਤੁਹਾਡੇ ਕੌਣ ਕੌਣ ਤੁਹਾਨੂੰ ਸੇਵਾ ਨਿਭਾ ਰਿਹਾ ਪੂਰਾ, ਕਿ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਆਉਂਦੇ ਨੇ? ਹਾਂਜੀ ਮੈਮ, ਸਾਡੇ ਸਾਰੇ ਵੀ ਜਿਹੜੇ ਨੌਜਵਾਨ ਮੁੰਡੇ ਨੇ ਪਹਿਲਾਂ ਤਾਂ ਉਹਨਾਂ ਦੇ ਇਹ ਲੰਗਰ ਦਾ ਉਪਰਾਲਾ ਕੀਤਾ ਜਾਂਦਾ ਜੀ। ਅਸੀਂ ਪਿੰਡ ਦੇ ਵਿੱਚੋਂ ਸਾਰਾ ਕੁਝ ਇਕੱਠਾ ਕਰਕੇ ਜਿਵੇਂ ਲੱਕੜ ਵਗੈਰਾ ਇਹ ਸਬਜ਼ੀ ਵਗੈਰਾ ਸਾਰਾ ਅਸੀਂ ਕਰਕੇ ਅਸੀਂ ਫਿਰ ਉਹ ਲਿਆ ਕੇ ਕੱਟ ਲੈਂਦੇ ਹਾਂ ਜੀ ਸਬਜ਼ੀਆਂ। ਇਹ ਫਿਰ ਉਸ ਤੋਂ ਬਾਅਦ ਸਾਰਾ ਲੰਗਰ ਤਿਆਰ ਹੁੰਦਾ ਜੀ। ਇਹ ਸਾਰੇ ਇੱਕ ਦਿਨ ਦੇ 3 ਕੜਾਹੇ ਕੱਢੇ ਜਾਂਦੇ ਨੇ ਜੀ, ਇਹ ਵੱਡੇ ਵਾਲੇ ਵੀ ਵਧੀਆ ਲੰਗਰ ਚੱਲਦਾ ਹੈਗਾ। ਇੱਕ ਦਿਨ ਦੇ ਵਿੱਚ 3 ਕੜਾਹੇ ਜਿਹੜੇ ਉਹ ਤਿਆਰ ਹੋ ਜਾਂਦੇ ਨੇ ਲੰਗਰ, ਜਿਹੜੇ ਲੋਕ ਖਾ ਕੇ ਜਾਂਦੇ ਨੇ ਛੱਕ ਕੇ ਜਾਂਦੇ ਨੇ। ਔਰ ਇਹ ਵੀਰ ਜੀ ਇਤਿਹਾਸ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਬੜਿਆਂ ਦੀ ਜਿਹੜੇ ਸ਼ਹੀਦੀ ਜੋੜ ਮੇਲਾ ਇਹ ਇਹਨਾਂ ਦੀ ਯਾਦਗਾਰ ਮਨਾਉਂਦੇ ਹਾਂ ਅਸੀਂ ਸਾਲ ਬਾਅਦ, ਅਤੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸੁਨੇਹਾ ਦਿੰਦੇ ਹਾਂ ਵੀ ਇਸ ਦਿਨਾਂ 'ਚ ਜ਼ਿਆਦਾ ਨਹੀਂ ਤਾਂ ਆਪਾਂ ਆਹ ਇਸ ਮਹੀਨੇ 'ਚ ਨਸ਼ਿਆਂ ਦਾ ਤਿਆਗ ਕਰਕੇ ਚੰਗੇ ਕੰਮ ਵੱਲ ਤੁਰੀਏ, ਗਾਹਾਂ ਆਉਣ ਵਾਲੇ ਭਿੱਖ ਬਾਰੇ ਦੱਸੀਏ ਵੀ ਐਂ ਸਾਡੇ ਸ਼ਹੀਦੀ ਜੋੜ ਮੇਲਾ ਸਾਡੇ ਗੁਰੂਆਂ ਨੇ ਸ਼ਹੀਦੀਆਂ ਪਾਈਆਂ ਸੀ ਉਹਨਾਂ ਦੀ ਯਾਦਗਾਰ ਨੂੰ ਕਾਇਮ ਰੱਖਦੇ ਹੋਏ ਅਸੀਂ ਆਏ ਸਾਲ 8-10 ਦਿਨ ਉਰੇ ਲੰਗਰ 15-16 ਤਰੀਕ ਤੋਂ ਸਟਾਰਟ ਕਰਕੇ 25 ਤਰੀਕ ਤੱਕ ਚਲਾਉਂਦੇ ਹਾਂ ਜੀ। ਪੁਰਾਣੀ ਪਰੰਪਰਾ ਚੱਲੀ ਆਉਂਦੀ ਹੈ ਵੀ ਜਦੋਂ ਗੱਡੀਆਂ ਕਾਰਾਂ ਨਹੀਂ ਸੀ ਹੁੰਦੀਆਂ ਤਾਂ ਲੋਕ ਰਾਹਗੀਰ ਜਿਹੜੇ ਨੇ ਦੂਰੋਂ ਦੂਰੋਂ ਜਦੋਂ ਉੱਥੇ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨ ਜਾਂਦੇ ਸੀ ਤਾਂ ਪਿੰਡਾਂ ਦੇ ਲੋਕ ਥਾਂ ਥਾਂ 'ਤੇ ਲੰਗਰ ਲਗਾ ਕੇ ਉਹਨਾਂ ਨੂੰ ਰਾਹਗੀਰਾਂ ਨੂੰ ਭੋਜਨ ਛਕਾਉਂਦੇ ਸੀ, ਅਤੇ ਅੱਜ ਉਹੀ ਪਰੰਪਰਾ ਜਿਹੜੀ ਹੈ ਇੱਕ ਵੱਡਾ ਰੂਪ ਧਾਰਨ ਕਰ ਗਈ ਹੈ। ਨੌਜਵਾਨ ਆਪਣੇ ਵਿਰਸੇ ਨਾਲ ਜੁੜਦੇ ਨੇ ਅਤੇ ਖਾਸ ਕਰ ਉਹ ਸ਼ਹੀਦੀ ਸਾਕਾ ਜਿਸ ਵਿੱਚ ਛੋਟੀਆਂ ਜਿਹੜੀਆਂ ਮਲੂਕ ਜਿੰਦਾਂ ਨੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਨੂੰ ਸਾਰੇ ਜਿਹੜੇ ਨੌਜਵਾਨ ਨੇ ਪਿੰਡ ਵਾਸੀ ਨੇ ਨਗਰ ਵਾਸੀ ਨੇ ਜਾਂ ਪੰਜਾਬ ਸਾਰਾ ਜਿਹੜਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹੈ। ਇਸ ਪਿੰਡ ਦੀਆਂ ਬਰੂਹਾਂ 'ਤੇ ਰੋਕਿਆ ਪਿੰਡ ਮਹਿਮਦਪੁਰ ਹੈ ਜਿੱਥੇ ਨੌਜਵਾਨਾਂ ਨੇ ਬੜਾ ਵੱਡਾ ਇੱਕ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਔਰ ਸੰਗਰੂਰ ਰੋਡ ਜਿਹੜੀ ਹੈ ਖਾਸ ਬਠਿੰਡੇ ਤੋਂ ਲੈ ਕੇ ਇੱਥੇ ਤੱਕ ਜੋ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਹੈ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੋਂ ਜਿਹੜੇ ਰਾਹਗੀਰ ਗੁਜ਼ਰਦੇ ਨੇ, ਅਤੇ ਥਾਂ ਥਾਂ 'ਤੇ ਅੱਜ ਪੰਜਾਬ ਦੇ ਵਿੱਚ ਜਿਹੜੇ ਆ ਲੰਗਰ ਸ਼ੁਰੂ ਹੋ ਚੁੱਕੇ ਨੇ। ਪਰ ਇਹਨਾਂ ਨੌਜਵਾਨਾਂ ਵੱਲੋਂ ਇਹ ਕੀਤਾ ਉਪਰਾਲਾ ਬੜਾ ਸ਼ਲਾਘਾਯੋਗ ਹੈ ਅਤੇ ਇੱਕ ਸੱਚੀ ਸ਼ਰਧਾਂਜਲੀ ਵੀ ਹੈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇ ਸਦਕੇ ਜਿਹੜੀ ਅੱਜ ਸਿੱਖ ਕੌਮ ਆ ਜਿਹੜੀ ਅੱਜ ਬੁਲੰਦੀਆਂ 'ਤੇ ਸਰ ਕਰਦੀ ਜਾ ਰਹੀ। ਜਵਾਨ ਬੈਠੇ ਨੇ ਸੇਵਾ ਵਾਲੇ, ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਸਾਂਭੀ ਹੋਈ ਹੈ। ਬੀਬੀਆਂ ਲੰਗਰ ਤਿਆਰ ਕਰ ਰਹੀਆਂ ਨੇ ਅਤੇ ਪਿੰਡ ਦੇ ਨੌਜਵਾਨ ਬਰਤਨ ਸਾਫ਼ ਕਰ ਰਹੇ ਨੇ। ਇੱਕ ਵੱਡੀ ਗੱਲ ਇੱਕ ਹੋਰ ਜਿਹੜੀ ਆ ਵੀ ਜਿਹੜੇ ਅਜਿਹੇ ਲੰਗਰ ਨੇ ਜਾਂ ਅਜਿਹੇ ਧਾਰਮਿਕ ਸਮਾਗਮ ਨੇ ਇਹ ਪਾਰਟੀਬਾਜ਼ੀ ਪਿੰਡ 'ਚੋਂ ਖਤਮ ਕਰ ਦਿੰਦੇ ਨੇ। ਜਿਹੜੇ ਪਿੰਡਾਂ 'ਚ ਆਪਾਂ ਕਹਿੰਦੇ ਹਾਂ ਵੀ ਪਾਰਟੀਆਂ ਬਣੀਆਂ ਹੋਈਆਂ ਨੇ, ਜਿਹੜੀਆਂ ਪਾਰਟੀਆਂ ਬਣੀਆਂ ਹੋਈਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਇਹੋ ਜਿਹੇ ਫੰਕਸ਼ਨਾਂ ਦੇ ਉੱਤੇ। ਅਤੇ ਇੱਕ ਪਾਸੇ ਜਿੱਥੇ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਨੇ, ਇੱਕ ਪਾਸੇ ਨੌਜਵਾਨ ਬਰਤਨ ਸਾਫ਼ ਕਰ ਰਹੇ ਨੇ, ਉੱਥੇ ਹੀ ਹਰ ਬਜ਼ੁਰਗ ਹਰ ਨੌਜਵਾਨ ਜਿਹੜਾ ਆ ਉਹ ਸਬਜ਼ੀ ਜਿਹੜੀ ਆ ਉਹ ਜੋ ਖਾਣੀ ਆ ਜੋ ਲੰਗਰ ਦੇ ਵਿੱਚ ਤਿਆਰ ਹੋਣੀ ਆ, ਤਨੋ ਮਨੋ ਜਿਹੜੇ ਲੋਕ ਨੇ ਸਾਰੇ ਜਿਹੜੀ ਸੇਵਾ 'ਚ ਲੱਗੇ ਨੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ ਅਤੇ ਕੋਈ ਰੌਲਾ ਨਹੀਂ, ਕੋਈ ਰਾਜਨੀਤਿਕ ਪਾਰਟੀ ਨਹੀਂ, ਸਭ ਇਕੱਠੇ ਹੋ ਕੇ ਜਿਹੜਾ ਕੰਮ ਕਰਦੇ ਨੇ। ਇਹ ਬਜ਼ੁਰਗ ਬੈਠੇ ਨੇ, ਬੀਬੀਆਂ ਭੈਣਾਂ ਬੈਠੀਆਂ ਨੇ, ਸਬਜ਼ੀ ਜਿਹੜੀ ਤਿਆਰ ਹੋ ਰਹੀ ਹੈ ਕੱਚੀ ਚੀਰ ਰਹੇ ਨੇ, ਬੱਚੇ ਵੀ ਛੋਟੇ ਛੋਟੇ ਬੈਠੇ ਆਪਣਾ ਯੋਗਦਾਨ ਪਾ ਰਹੇ ਨੇ। ਸੋ ਇਹ ਸਾਰਾ ਇੱਕ ਜਿਹੜਾ ਭਾਈਚਾਰਾ ਆ ਇਹ ਦਿਖਦਾ ਆ ਪਿੰਡਾਂ ਦੇ ਵਿੱਚ। ਇਸ ਸਿੱਖ ਧਰਮ ਦੀ ਇੱਕ ਵਿਸ਼ੇਸ਼ਤਾ ਹੈ ਵੀ ਇੱਥੇ ਲੰਗਰ ਦੇ ਵਿੱਚ ਹਰ ਬੰਦਾ ਜਿਹੜਾ ਪੰਗਤ 'ਚ ਬਹਿ ਕੇ, ਨਾ ਕੋਈ ਜਾਤ, ਨਾ ਕੋਈ ਧਰਮ, ਨਾ ਕੋਈ ਊਂਚ, ਨਾ ਕੋਈ ਨੀਚ, ਉਹ ਛੋਟੇ ਜਿਹੇ ਬੱਚੇ ਨੇ ਜਿਹੜੇ ਉਹ ਵੀ ਦੇਖੋ ਆਪਣਾ ਯੋਗਦਾਨ ਪਾ ਰਹੇ ਨੇ ਵਿੱਚ। ਲੰਗਰ 'ਚ ਆਏ ਹੋ ਤੁਸੀਂ? ਹਾਂਜੀ। ਤੇ ਕੀ ਕੰਮ ਕਰ ਰਹੇ ਹੋ ਇੱਥੇ? ਸਬਜ਼ੀਆਂ ਕੱਟ ਰਹੇ। ਜਿੱਥੇ ਸਾਰੀ ਦੀ ਸਾਰੀ ਸਮੁੱਚੀ ਟੀਮ ਇਹ ਲੰਗਰ ਤਿਆਰ ਕਰ ਰਹੀ ਆ ਉੱਥੇ ਰਾਹਗੀਰ ਜਿਹੜੇ ਨੇ ਉਹ ਲੰਗਰ ਵੀ ਛੱਕ ਰਹੇ ਨੇ ਔਰ ਅਟੁੱਟ ਲੰਗਰ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕਦੇ ਕਮੀ ਨਹੀਂ ਆਉਂਦੀ ਲੰਗਰ ਦੇ ਵਿੱਚ। ਹਰ ਜਿਹੜਾ ਬੱਚਾ ਆ, ਹਰ ਬਜ਼ੁਰਗ ਹੈ, ਹਰ ਜਿਹੜਾ ਜਵਾਨ ਆ ਉਹ ਸੇਵਾ 'ਚ ਲੱਗਿਆ, ਜਿਹੜਾ ਬੱਚੇ ਨੇ ਉਹ ਪਾਣੀ ਦੀ ਸੇਵਾ ਕਰ ਰਹੇ ਨੇ, ਬੱਚੇ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਨੇ, ਅਤੇ ਇੱਧਰ ਨੌਜਵਾਨ ਜਿਹੜੇ ਨੇ ਉਹ ਆਪਣੀ ਜ਼ਿੰਮੇਵਾਰੀ ਸਾਂਭੀ ਹੋਈ ਹੈ ਉਹਨਾਂ ਨੇ, ਉਹ ਲੰਗਰ ਤਿਆਰ ਕਰਦੇ ਨੇ, ਸਾਰੀ ਜਿਹੜਾ ਦੇਖ ਰੇਖ ਹੈ ਉਹ ਨੌਜਵਾਨ ਕਰ ਰਹੇ ਨੇ। ਔਰ ਇਹ ਜਿਹੜਾ ਰਾ ਮਟੀਰੀਅਲ ਇਹਨਾਂ ਰੱਖਿਆ, ਸੋ ਇਹ ਕਮੀ ਨਹੀਂ ਕਦੇ ਆਉਂਦੀ। ਆਪਾਂ ਦੇਖਿਆ ਇੱਕ ਟੀਮ ਹੈ ਜਿਹੜੀ ਉਹ ਇੱਧਰ ਵੀ ਗੈਸ ਸਿਲੰਡਰਾਂ 'ਤੇ ਲੰਗਰ ਤਿਆਰ ਹੋ ਰਿਹਾ।
सो अणथक मेहनत है इस कौम की, अणथक मेहनत है, श्रद्धा है इन्हों की भी यह तीन दिन समुचे भारत के देश विदेश दे भी जोड़ा ये लंगर जोड़े वो चलते हैं, हर राहगीर जोड़ा है कोई भुखा न रह जाए कोई प्यासा न रह जाए। सो एक ऐसी श्रद्धांजलि जो मिसाल बन गई है भी याद करा जाता उन्होंने शहीदों पर हर भुखे के मूँह जो अन्न जरूर पाया। जिवें तुसीं बहुत अच्छा लग रहा है कि इत्थे जिहड़े यंगस्टर्स ने वह भी इस सेवा दे विच पूरा अपना योगदान पा रहे हैं। जिहड़ी साडी अज दी नवीं पनीरी है वह पब्बां ते क्लबां दे विच ही जाण जोगी रह गई है ते पीज़े बर्गर खाण जोगी रह गई है, ये जिहड़ी सेवा भावना लोगों के विच बहुत घट रही है। सो असीं इत्थे भी देख रहे हैं कि भी इत्थे जिहड़े साडे यंगस्टर्स ने बैठे ने और इन्हां नाल भी गलबात करदे हां कि तुसीं इत्थे बैठे हो, तुसीं किहड़े की किस कारण करके आए हो, क्यों लंगर लाया होया? साहिबजादियां दी शहादत वास्ते हर साल ही साडे पिंड इत्थे लंगर लगदा है। सो सानूं बड़ा प्राउड फील हुंदा है कि असीं भी मतलब आंदे जांदे सारे जो भी फतेहगढ़ साहिब नूं जांदे ने श्रद्धालु श्रद्धापूर्वक असीं उहनां लई इत्थे लंगर लाउंदे आ। बाकी सानूं साहिबजादियां दी शहादत भुलनी नहीं चाहीदी बिकॉज़ उहनां ने इन्नियां निक्कियां निक्कियां उमरां दे विच साडे लई बहुत कुछ कीता, असीं तां उहनां दे पैरां दी धूड़ दे कण दे बराबर भी नहीं हैगे, तां इह लंगर तां सो हर साल चलदे ही रहणगे उहनां दी शहादतां नूं याद रखदे होए, जां कह दिंदे आ कि आपां प्रणाम शहीदां नूं। बड़ा चंगा लगता कि हाँ हर साल सानू इस सेवा करन दा मौका मिलता, सो हर साल ही वांग इस बार भी आए हाँ। सो हर एक राहगीर है जिहड़ा बेशक अज पंजाब च हज़ारां ही जगह पर लंगर लगे ने पर हर जो लंगर जिन्होंने लगाया है वह नौजवानों के मन च तमन्ना होंदी है भी असी किसी भी राहगीर नू बिना उस तो ना जान दईए। सो ये कानवाई तुम देखो जिन्हों ये रोक रोक के सारे जो नौजवान ने लंगर छका रहे हैं। सो एक अजीब ही जोड़े आ झुंचनी शरीर के उठती है भी अजिंह कौम भी ने जड़िया अज श्रद्धा के फुल अर्पित कर रही ने, पर भी हर राहगीर एक भोजन छका, हर रेहगर बेनती करनी, हर राहगीर उन्होंने लिए एक अरदास करनी भी परमात्मा चढ़ती कला च रखे। सो वह पुरानी जी परंपरा जो गुरु घर की परंपरा चली है भी लंगर कदे जड़ा मुकन नहीं देना और खुशी होवे जां गम होवे पर हमेशा चढ़दी कला च रहना। तो ये नौजवान देखो तुसी किस तरीके सारे जड़े ने ये अज लंगर दे विच अपना योगदान पा रहे ने, बेनतियां कर रहे ने, लोगों नूं हाथ जोड़ जोड़ के रोक रहे ने भी तुसी प्रशादा जरूर छको। सो ये सारा कुछ पिंडां नाल ही जुड़िया होया तो लोग जिहड़े ने उह जा रहे ने अज अपनी श्रद्धा अर्पित करन दे लई एक लंबियां कानवाइयां हर हर लंगर दे उत्ते लोग खड़े ने, हर लंगर दे उत्ते जिहड़ी इसे तरीके भीड़ देखण नूं मिलदी आ। मकसद ये नहीं भी लोग लंगरां करके खड़े ने, मकसद ये है भी हर कोई ये सोचता है भी जिहड़ा लंगर है एक पवित्र लंगर है, चाहे दा भोरा ही जिहड़ा एक किणका ही खा लिया जाए, किणका ही साडे शरीर दे अंदर चल जाए तां साडी उहनां जिहड़े शहीद ने उन्होंने एक श्रद्धांजलि है, उन्होंने साडी श्रद्धा के फुल ने उन्होंने ट्रालिया ने जिहड़ियां संगतां ने इत्थे श्रद्धा दे नाल पूरियां रुक रही ने और लंगर छक रही ने और इन्हां बच्चों के नाल भी गल बात करांगे कि कित्थे जा रहे हैं। इत्थे श्रद्धा के नाल ट्राली रुकी है तो तुसीं इत्थे लंगर छकन लगे हो, अगे तुसीं कित्थे जाना? अगे सरहंद जाना जी, असीं सरहंद उत्थे जाके बस अपना लंगर पानी छकांगे, नाले उत्थे लंगर लावांगे, सारा कुछ करांगे, बस है इसे करके जा रहे हैं। तुहाडा किन्ने दिन दा उत्थे लंगर चलना? बस जिन्ने दिन चलूगा वो 26 तरीक नूं असीं वापसी कर जाएंगे। अच्छा लग्गिया बच्चों नाल गलबात करके, जिहड़ी अज दे यंगस्टर्स ने वह पूरा इस चीज़ दे विच श्रद्धा भावना दे नाल जुड़े हुए ने और उत्थे फतेहगढ़ साहिब उन्हां बच्चों की शहादत नूं याद करते हुए उत्थे लंगर चलाउणगे और उन्हां बच्चों नूं याद करनगे, उन्हां तों कुछ सीखणगे। तुसीं अज दी जनरेशन नूं की सुनेहा दिंदे हो कि जिहड़ी अजकल दी नौजवान पीढ़ी है नशियां वल ज़्यादा जा रही है, बहुत घट नौजवान इदां दे होणगे खास करके मुंडे जिहड़े जिन्हां ने अमृत छकिया हुंदा या सिरी साहिब पाई हुंदी है, तुसीं उन्हां मुंडिआं नूं की सुनेहा देना चाहोगे? पहले तां जी वाहिगुरू जी का खालसा वाहिगुरू जी की फतेह जी, मैं तो यही सुनेहा देना चाहुंदा जी भी जिवें हुण आपां कई लोग क्रिसमस का भी त्यौहार मनाउंदे ने भी आपां उहनूं मनाउण दी थां जिहड़े अपने छोटे साहिबजादे ने शहीदी पाई आ आपां उहनां नूं याद करिए है ना जी, ते एक नशा तो दूर रहिए, नशा तो दूर रह के आपां गुरु गोबिंद सिंह जी ने आपां नूं इक सिक्खी दात दित्ती थी, सिक्खी दात दे के आपां नूं इक सिंघ सजाया थी जी, आपां उह सिंघ जदों आपां सिंघ सजांगे ਤਾਂ ਹੀ ਆਪਣਾ ਉਹੀ ਮਕਸਦ ਆ ਜੀ ਵੀ ਆਪਾਂ ਆਹ ਦਿਨਾਂ ਨੂੰ ਜਦੋਂ ਆਪਾਂ ਉੱਥੇ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਉੱਥੇ ਜਾ ਕੇ ਕਈ ਲੋਕ ਉੱਥੇ ਜਾ ਕੇ ਨਸ਼ੇ ਕਰਦੇ ਨੇ, ਠੀਕ ਹੈ ਜੀ, ਆਪਾਂ ਗਲਤ ਕੰਮ ਕਰਦੇ ਨੇ, ਵਿੱਚ ਕਈ ਲੋਕ ਧੀਆਂ ਭੈਣਾਂ ਦੇ ਗਲਤ ਟਿੱਪਣੀ ਕਰਦੇ ਨੇ ਵੀ ਆਪਾਂ ਨੂੰ ਉਹ ਛੱਡ ਕੇ ਉੱਥੇ ਜਾ ਕੇ ਜਿਹੜੀ ਉਹਨਾਂ ਨੇ ਆਪਣੀ ਸਹਾਦਤ ਦਿੱਤੀ ਆ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਜੀ, ਯਾਦ ਕਰਕੇ ਫਿਰ ਹੀ ਆਪਣਾ ਮਕਸਦ ਆ ਜੀ ਉੱਥੇ ਜਾਏ ਦਾ।
ਦੂਜੇ ਨੰਬਰ 'ਤੇ ਜੀ ਇੱਕ ਨਸ਼ੇ ਤੋਂ ਆਪਾਂ ਦੂਰ ਰਹੀਏ ਜੀ, ਨਸ਼ੇ ਦੂਰ ਰਹਾਂਗੇ ਅਤੇ ਇੱਕ ਅੰਮ੍ਰਿਤ ਛਕੀਏ ਜੀ, ਸੰਘ ਸਜੀਏ। ਇੱਕ ਹੋਰ ਸੁਨੇਹਾ ਦੇਣਾ ਚਾਹੁੰਦੇ ਜੀ ਵੀ ਕਈ ਲੋਕ ਉੱਥੇ ਜਲੇਬੀਆਂ ਦਾ ਲੰਗਰ ਲਾਉਂਦੇ ਨੇ, ਮਠਿਆਈਆਂ ਦਾ ਲੰਗਰ ਲਾਉਂਦੇ ਨੇ। ਆਪਣੇ ਘਰ ਕੋਈ ਛੋਟਾ ਬੱਚਾ ਉਹ ਮਰ ਜੇ, ਆਪਾਂ ਫਿਰ ਜਲੇਬੀ ਦਾ ਲੰਗਰ ਲਾਵਾਂਗੇ, ਮਠਿਆਈਆਂ ਦਾ ਲੰਗਰ ਲਾਵਾਂਗੇ। ਅਤੇ ਮੇਰੀ ਇਹੀ ਬੇਨਤੀ ਆ ਵੀ ਸਾਦਾ ਭੋਜਨ, ਸਾਦਾ ਲੰਗਰ ਲਾਉਣੇ ਚਾਹੀਦੇ ਨੇ ਤਾਂ ਕਿ ਜੋ ਆਪਾਂ ਇਹ ਇੱਕ ਮੇਲਾ ਨਹੀਂ, ਆਪਾਂ ਉਹਨਾਂ ਨੂੰ ਉੱਥੇ ਜਾ ਕੇ ਯਾਦ ਕਰੀਏ। ਵਾਹਿਗੁਰੂ ਜੀ ਖਾਲਸਾ ਵੀ ਫਤਿਹ। ਸੋ ਨਿਰੰਤਰ ਜਿਹੜਾ ਲੰਗਰ ਚੱਲ ਰਿਹਾ, ਗੱਲ ਬਾਰ ਬਾਰ ਉਹੀ ਦੁਹਰਾਈ ਜਾਂਦੀ ਹੈ ਵੀ ਹਰ ਬੰਦਾ ਜਿਹੜਾ ਆਪਣੀ ਡਿਊਟੀ ਜਿਹੜੀ ਸਾਂਭ ਰਿਹਾ। ਇਹ ਪ੍ਰਧਾਨ ਨੇ ਕਿਸਾਨ ਯੂਨੀਅਨ ਦੀ, ਇਸ ਯੂਨਿਟ ਦੇ ਇਹ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਨੇ। ਔਰ ਬਾਬਾ ਜੀ ਜਿਹੜੇ ਨੇ ਉਹ ਜੇ ਕੋਈ ਸ਼ਰਧਾ ਦੇ ਨਾਲ ਕੋਈ ਸੇਵਾ ਲਈ ਲੰਗਰਾਂ ਲਈ ਹਿੱਸਾ ਪਾ ਕੇ ਜਾਂਦਾ ਆ, ਉਹਨਾਂ ਦਾ ਧੰਨਵਾਦ ਕਰ ਰਹੇ ਨੇ। ਅਤੇ ਇੱਧਰ ਸ਼ਰਧਾ ਸੁਮਨ ਸਾਡਾ ਨਤਮਸਤਕ ਹੁੰਦੇ ਹਾਂ ਅਸੀਂ ਸਾਡੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇ ਕਰਕੇ ਜਿਹੜੀ ਕੌਮ ਜਿਹੜੀ ਹੈ ਸਿਰਜੀ ਗਈ ਹੈ। ਅਤੇ ਨੌਜਵਾਨ ਬੜੇ ਸਾਦੇ ਤਰੀਕੇ ਦੇ ਨਾਲ ਸ਼ਰਧਾ ਅਰਪਿਤ ਕਰ ਰਹੇ, ਲੰਗਰ ਛਕ ਰਹੇ ਨੇ। ਔਰ ਰਾਹਗੀਰ ਜਿਹੜੇ ਨੇ ਉਹ ਆਪਣਾ ਆਪਣਾ ਬਣਦਾ ਯੋਗਦਾਨ ਜਿਹੜਾ ਇਸ ਮਹਾਨ ਜਿਹੜਾ ਸੇਵਾ ਦਾ ਕੁੰਭ ਉਹਦੇ 'ਚ ਪਾ ਰਹੇ ਨੇ। ਟਰਾਲੀਆਂ ਜਿਹੜੀਆਂ ਨੇ ਇਹ ਫਤਿਹਗੜ੍ਹ ਸਾਹਿਬ ਨੂੰ ਜਾ ਰਹੀਆਂ ਨੇ, ਕਿਉਂਕਿ ਹਰ ਜਿਹੜਾ ਵਿਅਕਤੀ ਦੂਰੋਂ ਦੁਰਾਡਿਓਂ 100 ਕਿਲੋਮੀਟਰ 200 ਕਿਲੋਮੀਟਰ ਤੋਂ ਆਇਆ, ਕੋਈ ਲੰਗਰਾਂ ਦੀ ਸੇਵਾ ਲਈ ਜਾ ਰਿਹਾ, ਕੋਈ ਜੋੜਿਆਂ ਦੀ ਸੇਵਾ ਲਈ ਜਾ ਰਿਹਾ, ਕੋਈ ਬਿਸਤਰਿਆਂ ਦੀ ਸੇਵਾ ਲੈ ਕੇ ਜਾ ਰਿਹਾ। ਔਰ ਸੜਕ ਦੇ ਦੋਨੇ ਪਾਸੇ ਜਿਹੜੇ ਨੇ ਇਹ ਨੌਜਵਾਨ ਬੈਠੇ ਨੇ, ਸੜਕ ਦੇ ਦੋਨੇ ਪਾਸੇ ਇਸ ਪਿੰਡ ਵਾਸੀ ਨੇ ਜਿਹੜੇ ਉਹਨਾਂ ਨੇ ਲੰਗਰ ਲਾਇਆ। ਇੱਕ ਟੀਮ ਜਿਹੜੀ ਲੰਗਰ ਪ੍ਰਸ਼ਾਦਾ ਸੜਕ ਦੇ ਉਸ ਪਾਸੇ ਆ ਅਤੇ ਦੂਸਰੀ ਟੀਮ ਬੈਠੀ ਹੈ। ਸੋ ਇਹ ਸਾਰਾ ਜਿਹੜਾ ਪਿੰਡ ਹੈ ਅੱਜ ਇਕੱਤਰ ਹੋ ਕੇ ਅਸਲ ਦੇ ਵਿੱਚ ਤਾਂ ਇਹ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਜਿਨ੍ਹਾਂ ਦੀ ਬਦੌਲਤ ਅੱਜ ਲੰਗਰ ਲੱਗਣੇ ਸ਼ੁਰੂ ਹੋਏ ਨੇ। ਉਹ ਬਜ਼ੁਰਗ ਨੇ, ਉਹ ਵੀ ਯੋਗਦਾਨ ਪਾ ਰਹੇ ਨੇ, ਬਣਦਾ ਯੋਗਦਾਨ। ਅਤੇ ਪਿੰਡ ਦੇ ਮੋਹਤਵਰ ਬੰਦੇ ਨੇ, ਉਹ ਵੀ ਆਪਣਾ ਯੋਗਦਾਨ ਪਾ ਰਹੇ ਨੇ। ਹਰ ਬੰਦਾ ਜਿਹੜਾ ਆਪਣਾ ਯੋਗਦਾਨ ਇਸ ਲੰਗਰਾਂ ਦੇ ਵਿੱਚ ਪਾ ਰਿਹਾ। ਇਹ ਲੰਗਰ ਜੀ ਪਿੰਡ ਮਹਿਮਦਪੁਰ ਵੱਲੋਂ ਲਾਇਆ ਗਿਆ। ਅੱਗੇ ਅਸੀਂ ਹਰੇਕ ਸਾਲ ਇਹ ਲੰਗਰ ਲਾਉਂਦੇ ਹਾਂ ਜੀ। ਸੁਨੇਹੇ ਦੇ ਵਿੱਚ ਇਹ ਆ ਜੀ, ਅਸੀਂ ਇਹ ਲੰਗਰ ਸਾਹਿਬਜ਼ਾਦਿਆਂ ਦੀ ਯਾਦ 'ਚ ਲਗਾਇਆ ਗਿਆ ਜੀ। ਸੋ ਛੋਟਾ ਜਿਹਾ ਇੱਕ ਬੱਚਾ ਆ ਜਿਹੜਾ ਆਪਣਾ ਮੂਲ ਮੰਤਰ ਸਾਹਿਬ ਹੈ ਜੋ ਉਹਦਾ ਉਚਾਰਨ ਕਰੂਗਾ। ਸੋ ਇਹ ਬੱਚੇ ਜਿਹੜੇ ਨੇ ਇੱਕ ਪ੍ਰਪੇਅਰ ਹੋਏ ਨੇ ਵੀ ਅਸੀਂ ਕਿਸ ਤਰੀਕੇ ਆਪਣੇ ਧਰਮ ਨੂੰ ਬਰਕਰਾਰ ਰੱਖਣਾ ਔਰ ਲੋਕਾਂ 'ਚ ਇੱਕ ਚੰਗਾ ਸੁਨੇਹਾ ਦੇਣਾ ਔਰ ਸਮਾਜ ਨੂੰ ਜਿਹੜੀ ਹੈ ਇੱਕ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਨੀ ਆ। ਸੋ ਗੱਲਬਾਤ ਕਰਦੇ ਇਸ ਬੱਚੇ ਦੇ ਨਾਲ। ਕੀ ਨਾਮ ਹੈ ਬੇਟਾ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ ਇੱਕ ਮਕਾ ਸਨਾਮ ਕਰਤਾ ਪੁਰਖ ਮੀ ਪੋ ਮੀ ਫੈ ਕਰ ਮੁਰ ਸ਼ਿਨ ਸੈ ਪੰਗ ਗੁਰ ਪਸਤ ਜ ਆ ਸਚ ਜ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਨੌਜਵਾਨ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਨੂੰ ਵੀ ਪਰਮਾਤਮਾ ਇਸੇ ਤਰੀਕੇ ਜਿਹੜਾ ਬਲ ਬਖਸ਼ੇ ਵੀ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ।